ਇੱਕ ਲੋਟੂ ਟੋਲਾ ਪੰਜਾਬ ਦੇ ਵਿੱਚ ਸਰਗਰਮ ਹੈ। ਜਿਹੜੇ ਬੱਚੇ ਸ਼ਾਦੀ ਤੋਂ ਰਹਿ ਜਾਂਦੇ ਹੈ, ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੱਧ ਹੋ ਜਾਂਦੀ ਹੈ, ਜਿਹੜੇ ਬੱਚੇ ਗਰਜਮੰਦ ਹੈ, ਜਿਨ੍ਹਾਂ ਦੇ ਮਾਂ ਬਾਪ ਗਰਜਮੰਦ ਹੈ, ਉਹ ਐਸੇ ਆਦਮੀ ਜਿਨ੍ਹਾਂ ਦੀਆਂ ਲੜਕੀਆਂ ਔਰ ਇੱਕ ਮਤਲਬ ਹੈ ਔਰ ਐਸੇ ਬੰਦੇ ਕੋਲ ਜਾ ਕੇ ਸ਼ਾਦੀ ਦਾ ਪ੍ਰਸਤਾਵ ਰੱਖਦੇ ਹੈ ਤਾਂ ਕਿ ਉਹਨੂੰ ਸਾਰੀ ਉਮਰ ਲੁੱਟ ਸਕਣ। ਇਹ ਜਿਹੜੇ ਗ੍ਰਹਿ ਪੈਦਾ ਹੋਏ ਵੇ ਹੈ ਪੰਜਾਬ ਦੇ ਵਿੱਚ, ਇਹ ਗ੍ਰਹਿ ਤੇ ਕਾਬੂ ਪਾਉਣਾ ਇਹ ਪੁਲਿਸ ਦੀ ਜ਼ਿੰਮੇਵਾਰੀ ਹੈ। ਇਸ ਗ੍ਰਹਿ ਤੇ ਕਾਬੂ ਕਿਵੇਂ ਪਾਉਣਾ, ਕਿਉਂਕਿ ਇਹ ਬੰਦਾ ਜਿਹੜਾ ਬੱਚਾ ਹੈ ਇਹ ਥੋੜਾ ਜਿਹਾ 30 ਸਾਲ ਤੋਂ ਵੱਧ ਹੋ ਗਿਆ ਸੀ, ਇਹਦੇ ਮਾਂ ਬਾਪ ਗਰਜਮੰਦ ਸੀ ਔਰ ਉਹਨਾਂ ਨੇ ਇਹ ਸ਼ਾਦੀ ਕਰਕੇ ਇਸ ਨੂੰ ਇੱਕ ਧਿਰ ਬਣਾ ਲਿਆ। ਇਹ ਤੋਂ ਸਮੇਂ ਤੇ ਪੈਸੇ ਲੈ ਜਾਂਦੇ ਸਨ, ਲੜਕੀ ਲੜਕੇ ਨੂੰ ਡਰਾ ਕੇ ਰੱਖਦੀ ਸੀ, ਦਬਾ ਕੇ ਰੱਖਦੀ ਸੀ ਔਰ ਜਦੋਂ ਲੋੜ ਪੈਂਦੀ ਸੀ ਲੜਕਾ ਨਾ ਨੁਕਰ ਕਰਦਾ ਸੀ ਤੇ ਆਪਦੇ ਪੇਰੈਂਟਸ ਨੂੰ ਬੁਲਾ ਲੈਂਦੀ ਸੀ ਔਰ ਉਹਨਾਂ ਬੰਨਿਓ ਇਹਨੂੰ ਕੁੱਟਮਾਰ ਵੀ ਕੀਤੀ ਜਾਂਦੀ ਸੀ। ਕਈ ਵਾਰੀ ਇਹ ਗੱਲਾਂ ਹੋ ਚੁੱਕੀਆਂ ਪਰ ਅਖੀਰ ਹੁਣ ਉਹਨਾਂ ਨੇ ਵੱਡਾ ਹੱਲਾ ਬੋਲਿਆ ਵੀ ਇਸ ਤੋਂ ਬਾਅਦ ਇਹ ਮਿਲੂ ਕਿ ਨਾ ਮਿਲੂ। ਬੰਦੇ ਬਹੁਤ ਤੇਜ਼ ਹੈ, ਉਹ ਹਰ ਵੇਲੇ ਆਪਦੀ ਜਿਹੜੀ ਹੈ ਪੂਰੀ ਕਾਨੂੰਨੀ ਕਾਰਵਾਈ ਕਰਕੇ ਤਾਂ ਕਿ ਉਹ ਹੇਠਾਂ ਨਾ ਆ ਸਕਣ, ਇਸ ਤਰੀਕੇ ਨਾਲ ਚੱਲਦੇ ਹੈ। ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ 112 ਨੰਬਰ ਤੇ ਫੋਨ ਕਰਕੇ ਪੁਲਿਸ ਦੀ ਪ੍ਰੋਟੈਕਸ਼ਨ ਮੰਗੀ, ਪੁਲਿਸ ਵਾਲੇ ਕੋਈ ਲਿਖ ਕੇ ਨਹੀਂ ਆਏ ਉੱਥੇ, ਕੁਛ ਨਹੀਂ, ਕਿਸ ਤਰ੍ਹਾਂ ਉਹਨਾਂ ਦੇ ਨਾਲ ਆਇਆ ਇਹ ਅਸੀਂ ਨਹੀਂ ਕਹਿ ਸਕਦੇ। ਪੁਲਿਸ ਵਾਲੇ ਨੇ ਮੁੰਡੇ ਨੂੰ ਕੁਟਾਇਆ ਔਰ ਨਾਲੇ ਉਹਨਾਂ ਨੇ ਪੁਲਿਸ ਵਾਲੇ ਦੇ ਹੁੰਦੇ ਹੀ ਜਿਹੜੀਆਂ ਅਲਮਾਰੀਆਂ ਦੀ ਫਰੋਲਾ ਫਰਾਲੀ ਕੀਤੀ, ਇੱਥੋਂ ਪੈਸੇ ਕੱਢੇ, ਇੱਥੋਂ ਸਿਉਣਾ ਕੱਢਿਆ ਔਰ ਬੱਚੇ ਦੀ ਕੁੱਟਮਾਰ ਕੀਤੀ। ਬਹੁਤ ਘਨੌਣੀ ਔਰ ਬੜੀ ਮਾੜੀ ਔਰ ਬੜੀ ਭੈੜੀ ਹਰਕਤ ਕੀਤੀ ਹੈ ਉਹਨਾਂ ਨੇ। ਇਹਨਾਂ ਦੇ ਖਿਲਾਫ਼ ਪੂਰੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਜਿਹੜੇ ਵੀ ਗ੍ਰਹਿ ਸਰਗਰਮ ਹੈ ਪੰਜਾਬ ਦੇ ਵਿੱਚ, ਇਹ ਸਾਰਿਆਂ ਨੂੰ ਫੜਨਾ ਚਾਹੀਦਾ ਤਾਂ ਕਿ ਉਹ ਲੋਕਾਂ ਦੀ ਲੋੜ ਨੂੰ ਦੇਖਦੇ ਹੋਏ ਉਹਨਾਂ ਤੋਂ ਇਸ ਤਰੀਕੇ ਨਾਲ ਧਨ ਏਟਦੇ ਹੈ, ਇਸ ਤਰੀਕੇ ਨਾਲ ਧਨ ਏਟਦੇ ਹੈ ਵੀ ਇਹਦੇ ਚ ਪੰਜਾਬ ਦੇ ਇਹ ਇਕੱਲੇ ਨਹੀਂ, ਹੋਰ ਵੀ ਬਹੁਤ ਘਰ ਇਹਦੇ ਚ ਫਸੇ ਹੋਏ ਹੈ, ਇਹ ਚੁੰਗਲ ਚ ਫਸੇ ਹੋਏ ਹੈ। ਪੁਲਿਸ ਨੂੰ ਇਹ ਚੁੰਗਲ ਨੂੰ ਬੇਨਕਾਬ ਕਰਨਾ ਚਾਹੀਦਾ ਔਰ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ। ਧੰਨਵਾਦ। ਡਾਕਟਰ ਸਾਹਿਬ ਇੱਕ ਗੱਲ ਹੋਰ ਦੱਸੋ ਜੀ, ਇਹਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਵੀ ਕੋਈ ਬਾਹਰਲਾ ਬੰਦਾ ਆ ਕੇ ਮੰਡੀ ਦੇ ਵਿੱਚ ਇਸ ਤਰ੍ਹਾਂ ਕੋਈ ਵਾਕਿਆ ਕਰ ਜਾਂਦਾ ਤਾਂ ਤੁਹਾਨੂੰ ਲੱਗਦਾ ਵੀ ਕਿਸੇ ਮੰਡੀ ਦੇ ਬੰਦੇ ਦੀ ਕੋਈ ਵਿੱਚ ਇਨਵੋਲਵਮੈਂਟ ਜਾਂ ਕੋਈ ਲੀਡਰਾਂ ਦੀ ਇਨਵੋਲਵਮੈਂਟ ਤੋਂ ਬਿਨਾਂ ਇਹ ਹੋ ਸਕਦਾ ਗਾ? ਨਹੀਂ, ਇਸ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਹੋ ਸਕਦਾ ਕਿਸੇ ਦੀ ਇਨਵੋਲਵਮੈਂਟ ਹੋਵੇ ਪਰ ਸ਼ਾਇਦ ਮੰਡੀ ਦੇ ਹੋਵੇ, ਅਲੱਗ ਕਿਸੇ ਬਾਹਰੋਂ ਘੁਆ ਕੇ ਆਇਆ ਹੋਵੇ, ਇਹ ਵੀ ਹੋ ਸਕਦਾ ਕਿਉਂਕਿ ਹਰੇਕ ਬੰਦੇ ਦੇ ਜੇਬ ਚ CM ਤੋਂ ਲੈ ਕੇ DC SSP ਹਰੇਕ ਬੰਦਾ ਆਪਦੀ ਜੇਬ ਚ ਲੈ ਕੇ ਚੱਲਦਾ। ਅੱਜ ਕੱਲ ਦਾ ਯੁੱਗ ਔਰ ਸਮਾਂ ਐਸਾ। ਠੀਕ ਹੈ ਜੀ। ਪਰਿਵਾਰ ਵਾਲਿਆਂ ਨੇ ਜੋ ਵੀ ਕੱਲ ਘਰੇ ਆ ਕੇ ਕੁੱਟਮਾਰ ਕੀਤੀ ਤੇ
ਲੁੱਟਖੋ ਕੀਤੀ ਉਹਦੇ ਸੰਬੰਧ 'ਚ ਉਹਨਾਂ ਨੇ ਜ਼ਮਾਨਤਾਂ ਲੈਣੀਆਂ ਅਤੇ ਸਾਨੂੰ ਪਤਾ ਲੱਗਿਆ ਵੀ ਤੁਸੀਂ ਇਹ ਚਾਹੁੰਦੇ ਹੋ ਵੀ ਤੁਹਾਨੂੰ ਇਨਸਾਫ਼ ਨਹੀਂ ਮਿਲਿਆ, ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਕਿ ਇਸ ਦੇ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਜੋ ਕਿ ਇਹ ਕੰਮ ਕੱਲ੍ਹ ਹੋਇਆ ਬਹੁਤ ਹੀ ਗਲਤ ਕੰਮ ਹੋਇਆ ਜੀ, ਮੇਰੇ ਹੱਥਾਂ ਵਿੱਚ ਉਹ ਮੁੰਡਾ ਪਲਿਆ, ਬਹੁਤ ਨਰਮ ਸੁਭਾਅ ਦਾ ਮੁੰਡਾ, ਇਹੋ ਜਿਹੀ ਗੱਲ ਹੋ ਬਹੁਤ ਹੀ ਗਲਤ ਕੀਤੀ ਹੈ। ਉਹਨਾਂ ਨੇ ਕਦੇ ਸਾਡੇ ਨਾਲ ਬੋਲਣ ਨਹੀਂ ਦਿੱਤਾ, ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਬੱਚਿਆਂ ਨੂੰ ਸਪੇਸ ਦਿੱਤੀ ਜਾਵੇ। ਉਹ ਸਾਡੇ ਨਾਲ ਵੀ ਉਹਨੂੰ ਵਰਤਨ ਨਹੀਂ ਸੀ ਦੇ ਰਹੇ। 8 ਮਹੀਨੇ ਹੋਏ ਆ ਉਹਦੇ ਵਿਆਹ ਨੂੰ ਔਰ 8 ਮਹੀਨਿਆਂ ਦੇ ਵਿੱਚ ਸਿਰਫ 1 ਮਹੀਨਾ ਉਹ ਸਾਡੇ ਨਾਲ ਗੱਲਬਾਤ ਅਤੇ ਇਨ ਟੱਚ ਵਿੱਚ ਰਿਹਾ। ਉਸ ਤੋਂ ਬਾਅਦ ਉਹਨੇ ਸਾਡੇ ਨਾਲ ਗੱਲ ਕਰਨ ਤੋਂ ਬਿਲਕੁਲ ਹੀ ਵਰਜ ਦਿੱਤਾ, ਮੁੰਡਾ ਸਾਡੇ ਨਾਲ ਗੱਲ ਨਹੀਂ ਸੀ ਕਰ ਰਿਹਾ। ਅਸੀਂ ਸੋਚਿਆ ਚਲੋ ਕੋਈ ਗੱਲ ਨਹੀਂ, ਮੀਆਂ ਬੀਬੀ ਰਾਜੀ ਹੈ, ਇਸ ਵਿੱਚ ਕੋਈ ਉਹ ਨਹੀਂ ਹੁੰਦਾ, ਅਲੱਗ ਰਹਿੰਦੇ ਸੀ ਉਹ। ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਕਾਰਵਾਈ? ਪ੍ਰਸ਼ਾਸਨ ਤੋਂ ਇਹ ਕਾਰਵਾਈ ਮੰਗਦੇ ਆ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਔਰ ਜੋ ਵੀ ਇਹਦੇ ਵਿੱਚ ਦੋਸ਼ੀ ਹੈ, ਜਿਹੜੇ ਕਿ ਉਹਨੂੰ ਸਾਡੇ ਮੁੰਡੇ ਨੂੰ ਕੁੱਟ ਕੇ ਗਏ ਆ, ਉਹਨਾਂ 'ਤੇ ਜੋ ਪਰਚਾ ਬਣਦਾ ਹੈ, ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ। ਹਾਂਜੀ, ਕੱਲ੍ਹ ਤੁਹਾਡੇ ਵਾਰਡ ਦੇ ਵਿੱਚ ਜਿਹੜਾ ਮਤਲਬ ਕੱਲ੍ਹ ਲੜਾਈ ਨੂੰ ਲੈ ਕੇ ਕੁੜੀ ਦੇ ਮਾਮਲੇ ਨੂੰ ਲੈ ਕੇ ਜਿਹੜਾ ਹੋਇਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਔਰ ਕੀ ਇਹਦੇ 'ਚ? ਇਹਦੇ ਬਾਰੇ ਇਹੀ ਗੱਲ ਕਹਿਣਾ ਚਾਹੁੰਦਾ ਜੀ, ਮੈਂ ਕੱਲ੍ਹ ਕੁਛ ਨਿੱਜੀ ਕਾਰਨਾਂ ਕਰਕੇ ਆਊਟ ਆਫ ਸਟੇਸ਼ਨ ਸੀ ਜੈਤੋਂ ਤੋਂ, ਅਤੇ ਜਦੋਂ ਮੈਂ ਅੱਜ ਸੁਬਾਹ ਵਾਪਸ ਆਇਆ ਰਾਤ ਨੂੰ ਅਤੇ ਸੁਬਾਹ ਗੱਲ ਪਤਾ ਲੱਗੀ ਤਾਂ ਪਤਾ ਹੀ ਲੱਗਿਆ ਵੀ ਜਿਹੜੀ ਇੱਕ ਪੁਲਿਸ ਵਾਲਿਆਂ ਨੇ ਉੱਤੇ ਖੜ ਕੇ ਮੇਰੇ ਵਾਰਡ 'ਚ ਜਿਹੜੇ ਮੇਰੇ ਸਾਡੇ ਚਾਚਾ ਜੀ ਨੇ ਮੋਹਨ ਜੀ ਇਹਨਾਂ ਦੇ ਘਰੇ ਮੁੰਡਾ ਪੰਕਜ ਹੈ ਸਾਡਾ ਛੋਟਾ ਭਾਈ, ਉਹਦੇ ਘਰੇ ਆ ਕੇ ਪੁਲਿਸ ਵਾਲਿਆਂ ਨੇ ਕੁੱਟਮਾਰ ਕੀਤੀ ਹੈ, ਜਿਹੜੀ ਕਿ ਇੱਕ ਨਜਾਇਜ਼ ਕਾਰਵਾਈ ਹੈ ਪੁਲਿਸ ਵੱਲੋਂ। ਇਹ ਜਿਹੜਾ ASI ਦਾ ਨਾਮ ਮੈਂ ਸੁਣਿਆ ਉਹ ਗੁਰਤੇਜ ਸਿੰਘ ਹੈ, ਜਿਹੜਾ ਬੰਦਾ ਘਰ ਦੇ ਤੋਂ ਪੁੱਛਣ 'ਤੇ ਪਤਾ ਲੱਗਿਆ ਵੀ ਉਹ ASI ਗੁਰਤੇਜ ਸਿੰਘ ਸੀ। ਸਾਡੀ ਬੇਨਤੀ ਹੈ ਵੀ ਪੁਲਿਸ ਵਾਲਿਆਂ ਨੂੰ ਵੀ ਜਿਹੜਾ ਡਕੈਤੀ ਕੁੜੀਆਂ ਵਾਲੇ ਨੇ ਆ ਕੇ ਘਰੇ ਕੀਤੀ ਹੈ, ਪੁਲਿਸ ਵਾਲਿਆਂ ਨੇ ਉੱਤੇ ਖੜਾ ਕੇ ਕਰਾਈ ਹੈ, ਜਿਹੜੇ ਜਿਹੜੇ ਬੰਦੇ ਦੇ ਜ਼ਿੰਮੇਵਾਰ ਨੇ ਪੁਲਿਸ ਵਾਲੇ ਜਾਂ ਜਿਹੜੇ ਬੰਦੇ ਉੱਥੋਂ ਬਾਹਰੋਂ ਆਏ, ਉਹਨਾਂ ਦੇ ਬੰਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਸਖ਼ਤ ਤੋਂ ਸਖ਼ਤ ਧਾਰਾ ਲਾਈ ਜਾਵੇ, ਨਹੀਂ ਤਾਂ ਇਹ ਜਿਹੜਾ ਸਾਡਾ ਰੋਸ ਹੈ ਇੱਕ ਵੱਡਾ ਰੂਪ ਧਾਰਨ ਕਰੂਗਾ। ਉਸ ਦਾ ਸਾਰਾ ਜ਼ਿੰਮੇਵਾਰ ਫਿਰ ਕੱਲ੍ਹ ਨੂੰ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਐਡਮਿਨਿਸਟ੍ਰੇਸ਼ਨ ਉਹ ਹੋਵੇਗੀ। ਅਤੇ ਮੇਰੀ ਬੇਨਤੀ ਹੈ ਐਜ਼ ਬੀਂਗ MC ਜਨਤਾ ਦੇ ਨੁਮਾਇੰਦੇ ਹੋਣ ਦੇ ਨਾਤੇ, ਮੈਂ ਆਪਣੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਵੀ ਬੇਨਤੀ ਕਰਦਾ ਵੀ ਉਸ ਜਿਹੜੀ ਡਕੈਤੀ ਹੋਈ ਹੈ, ਸਾਡੇ ਧੱਕਾ ਹੋਇਆ, ਸਾਡੇ ਸ਼ਹਿਰ 'ਚ ਹੋ ਰਿਹਾ, ਉਹਦੇ 'ਚ ਸਾਡਾ ਸਾਥ ਦੇਣ ਅਤੇ ਪੁਲਿਸ ਦੇ ਬੰਦੀ ਖਿਲਾਫ਼ ਕਾਰਵਾਈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੇਰੀ ਨਾਲ ਬੇਨਤੀ ਸੀ ਜਿਹੜੀ ਕਿ ਹੁਣ ਸਾਨੂੰ ਹੁਣੇ ਹੁਣੇ ਥੋੜ੍ਹਾ ਚਿਰ ਸਮਾਂ ਪਹਿਲਾਂ ਹੀ ਪਤਾ ਲੱਗੀ ਹੈ ਮੈਨੂੰ, ਉਹ ਇਹ ਲੱਗੀ ਹੈ ਵੀ ਪੁਲਿਸ ਨੇ ਬੜਾ ਹੀ ਮਾੜਾ ਅਤੇ ਕਮਜ਼ੋਰ ਪਰਚਾ ਬਣਾਇਆ, ਜਿਸ ਦੇ ਵਿੱਚ ਸਿਰਫ 751 ਅਤੇ 750 ਦੀ ਧਾਰਾ ਲਾਈ ਗਈ ਹੈ, ਕੋਈ ਲੁੱਟ ਖੋਹ ਦੀ ਉਹਨਾਂ ਨੇ ਉਹਦੇ ਵਿੱਚ ਸ਼ੋਅ ਨਹੀਂ ਕੀਤਾ, ਕੋਈ ਪੁਲਿਸ ਵਾਲਾ ਮੁਲਾਜ਼ਮ ਸ਼ੋਅ ਨਹੀਂ ਕੀਤਾ। ਸਾਡੀ ਬੇਨਤੀ ਹੈ ਪੁਲਿਸ ਵਾਲਿਆਂ ਨੂੰ ਵੀ ਇਸ 'ਤੇ ਬੰਦ ਹੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਇਹ ਜਿਹੜਾ ਸਾਡਾ ਧਰਨਾ ਜਾਂ ਸਾਡਾ ਜਿਹੜਾ ਰੋਸ ਹੈ ਇੱਕ ਵੱਡਾ ਰੂਪ ਧਾਰਨ ਕਰੂਗਾ। ਦੋਸਤਾਂ ਜੀ, ਸਾਡੀ ਕੋਈ ਕਾਰਵਾਈ ਨਹੀਂ ਕੀਤੀ ਗਈ, ਪੁਲਿਸ ਨੇ ਕੋਈ ਗੱਲ ਨਹੀਂ ਸਾਡੀ ਸੁਣੀ ਗਈ, ਅਤੇ ਪੁਲਿਸ ਸਾਨੂੰ ਟਾਲਾ ਟਾਲੀ ਕਰ ਰਹੀ ਹੈ, ਕੇਸ ਨੂੰ ਕਮਜ਼ੋਰ ਕਰਨ ਦੇ ਵਾਸਤੇ ਉਹਨਾਂ ਨਾਲ ਮਿਲੀ ਜੁਲੀ ਹੋਈ ਹੈ, ਅਤੇ ਇਸ ਲਈ ਸਾਨੂੰ ਪ੍ਰਸ਼ਾਸਨ ਅਤੇ ਸਾਰੀ ਪੁਲਿਸ ਮਹਿਕਮੇ ਨੂੰ ਇਹ ਰਿਕੁਐਸਟ ਹੈ ਵੀ ਇਸ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਲਿੱਤੀ ਜਾਵੇ, ਸੱਚਾਈ ਨੂੰ ਕੱਢਿਆ ਜਾਵੇ, ਅਤੇ ਇਸ ਲਈ ਸਾਨੂੰ ਬੇਨਤੀ ਹੈ ਵੀ ਸਾਨੂੰ ਜਿਹੜਾ ਉਹਨਾਂ ਨੇ ਸਾਡੀ ਲੁੱਟ ਖੋਹ ਕੀਤੀ ਹੈ ਉਹਨੂੰ ਵਾਪਸ ਦਿੱਤਾ ਜਾਵੇ, ਬੰਦ ਦੀ ਕਾਰਵਾਈ ਕੀਤੀ ਜਾਵੇ ਜੋ ਵੀ ਹੈ। ਜੇ ਇਹ ਕੁਛ ਨਹੀਂ ਹੁੰਦਾ ਫਿਰ ਅਗਲਾ ਸਟੈਪ ਤੁਹਾਡਾ? ਅਗਲਾ ਸਟੈਪ ਸਾਡਾ ਜੀ ਮੰਡੀ ਬੰਦ ਕਰਾਂਗੇ ਅਸੀਂ, ਸਾਡੀਆਂ ਸਾਰੀਆਂ ਸੰਸਥਾ ਸਾਡੇ ਨਾਲ ਹੈ, ਸਾਰਾ ਅਸੀਂ ਮੰਡੀ ਸਾਡੇ ਨਾਲ ਹੈ, ਅਸੀਂ ਕੱਲ੍ਹ ਨੂੰ ਕਹੇ ਨਾ ਹੋਵੇ ਪ੍ਰਸ਼ਾਸਨ ਇਸ ਚੀਜ਼ ਦਾ ਜ਼ਿੰਮੇਵਾਰ ਹੋਵੇ। ਜਿਹੜੀ ਕੱਲ੍ਹ ਜੈਤੋਂ ਮੰਡੀ 'ਚ ਘਟਨਾ ਹੋਈ ਹੈ ਬਹੁਤ ਮੰਦਭਾਗੀ ਘਟਨਾ ਹੋਈ ਹੈ, ਇਹ ਜਿਹੜੇ ਰਿਸ਼ਤੇ ਹੋ ਜਾਂਦੇ ਹੈ
ਕਿ ਜਿਹੜੀ ਨਾ ਮਤਲਬ ਕਿ ਕੋਈ ਮਾੜਾ ਮੋਟਾ ਚੰਗਾ ਘਰ ਹੈ ਉਹ ਕਿਸੇ ਗਰੀਬ ਨਾਲ ਜਾਂ ਉਸ ਨਾਲ ਇਹੋ ਜਿਹੇ ਹਮਦਰਦੀ ਵਿਆਹ ਕਰ ਲੈਂਦਾ ਤਾਂ ਉਹ ਲੋਕ ਉਸ ਨੂੰ ਧਿਰ ਬਣਾ ਲੈਂਦੇ ਆ। ਇਸ ਤਰ੍ਹਾਂ ਹੀ ਇਹਨਾਂ ਨੇ ਜਿਹੜੇ ਲੜਕੀ ਵਾਲਿਆਂ ਨੇ ਇਸ ਪਰਿਵਾਰ ਨੂੰ ਧਿਰ ਬਣਾ ਲਿਆ ਲੁੱਟਣ ਦੇ ਲਈ। ਉਹ ਲੁੱਟਣ ਦੀ ਵੀ ਖੱਦ ਹੁੰਦੀ ਹੈ ਜਦੋਂ ਕਿ ਉਹਨਾਂ ਨੂੰ ਵਾਰ ਵਾਰ ਉਹ ਪਹਿਲਾਂ ਵੀ ਇਹਨਾਂ ਤੋਂ ਮਤਲਬ ਜਾਂਦੇ ਰਹੇ ਕਿਤੇ ਕਿੰਨਾ ਕਿਤੇ ਕਿੰਨਾ ਉਹਦੀ ਜਦੋਂ ਜਦੋਂ ਥੋੜ੍ਹੀ ਥੋੜ੍ਹੀ ਮੰਗ ਪੂਰੀ ਹੁੰਦੀ ਰਹਿੰਦੀ ਹੈ ਤਾਂ ਉਹਨਾਂ ਦੀ ਜਿਹੜੀ ਖੁਆਇਸ਼ਾਂ ਵੱਧ ਜਾਂਦੀਆਂ। ਉਹਨਾਂ ਦੀ ਜਿਹੜੀ ਖੁਆਇਸ਼ ਹੁਣ ਬਹੁਤ ਹੀ ਜ਼ਿਆਦਾ ਵਧੀ ਜਾ ਰਹੀ ਸੀ। ਉਹਦੇ ਤੌਰ ਦੇ ਉੱਤੇ ਉਹਨਾਂ ਨੇ ਮਤਲਬ ਕੱਲ੍ਹ ਪਲੈਨਿੰਗ ਬਣਾ ਕੇ ਉਹ ਉੱਥੋਂ ਬਦਮਾਸ਼ ਲੈ ਕੇ ਅਤੇ ਆਏ ਕਿਉਂਕਿ ਕਾਨੂੰਨ ਦੇ ਵਿੱਚ ਕੁੜੀ ਵਾਲੇ ਦਾ ਪੱਖ ਹੈ ਉਹ ਜ਼ਿਆਦਾ ਮਤਲਬ ਮੰਨਿਆ ਜਾਂਦਾ। ਮੁੰਡੇ ਵਾਲਾ ਕਿੰਨਾ ਸਹੀ ਹੈ ਉਸ ਨੂੰ ਹਮੇਸ਼ਾ ਕਸੂਰਵਾਰ ਹੀ ਠਹਿਰਾਇਆ ਜਾਂਦਾ। ਕੁੜੀ ਦੀ ਜਿਹੜੀ ਹਰ ਗੱਲ ਮੰਨੀ ਜਾਂਦੀ ਹੈ ਮੁੰਡੇ ਵਾਲੇ ਦੀ ਕੋਈ ਗੱਲ ਮੰਨੀ ਨਹੀਂ ਜਾਂਦੀ। ਉਸ ਕਰਕੇ ਉਹਨਾਂ ਨੇ ਉਹ ਇਸ ਪਰਿਵਾਰ ਨੂੰ ਆ ਕੇ ਇੱਥੋਂ ਦੀ ਪੁਲਿਸ ਦੇ ਇੱਕ ASI ਨੂੰ ਚਾਹੇ ਉਸ ਨੂੰ ਇੱਕ ਨੰਬਰ 'ਚ ਲੈ ਕੇ ਆਏ ਜਾਂ ਦੋ ਨੰਬਰ 'ਚ ਲੈ ਕੇ ਆਏ ਉਹਦੀ ਸ਼ਹਿ ਦੇ ਉੱਤੇ ਇਸ ਪਰਿਵਾਰ ਨੂੰ ਦੇ ਉੱਤੇ ਆ ਕੇ ਜਿਸਮਾਨੀ ਤੌਰ 'ਤੇ ਪੂਰਾ ਤਸ਼ੱਦਦ ਕੀਤਾ ਪੂਰੀ ਲੁੱਟ ਸੁੱਟ ਕੀਤੀ। ਜਦੋਂ ਮੰਡੀ ਵਾਸੀਆਂ ਨੂੰ ਪਤਾ ਲੱਗਿਆ ਅਸੀਂ ਲੋਕ ਸਾਰੇ ਇਕੱਠੇ ਹੋਏ ਉਹਨਾਂ ਨੂੰ ਘੇਰਿਆ ਤਾਂ ਉਹਨਾਂ ਦੇ ਪ੍ਰਸ਼ਾਸਨ ਥੋੜ੍ਹਾ ਮੋਟਾ ਨੇ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ ਰਿਕਵਰੀ ਜਿਹੜੀ ਹੋਈ ਉਹ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਉਸ ਦੇ ਨਾਲ ਕੁੜੀ ਵਾਲਿਆਂ ਨਾਲ ਮਿਲ ਕੇ ਇੰਨੀ ਮਤਲਬ ਉਹਨੂੰ ਕੁੜੀ ਵਾਲਿਆਂ ਦੇ ਹੱਕ ਦੇ ਵਿੱਚ ਹੀ ਜਿਹੜੀ ਕਾਰਵਾਈਆਂ ਪਾਈਆਂ ਉਹਨਾਂ ਦੀਆਂ ਮਤਲਬ ਬੇਤੁਕੀਆਂ ਧਾਰਾਂ ਲਾ ਕੇ ਉਹਨਾਂ ਨੂੰ ਜਵਾਬਾਂ ਦੇਤੀਆਂ ਅਤੇ ਜਿਹੜੇ ਮਤਲਬ ਇਹ ਲੜਕੇ ਵਾਲੇ ਦੇ ਪੱਖ ਦੇ ਵਿੱਚ ਹਜੇ ਤੱਕ ਕੋਈ ਮਤਲਬ ਕੇਸ ਨਹੀਂ ਉਹਨਾਂ ਨੇ ਉਲਟ ਬਣਾਇਆ ਜਾਂ ਇਹਨਾਂ ਦਾ ਮਤਲਬ ਕੀਤਾ ਵੀ ਅਸੀਂ ਪ੍ਰਸ਼ਾਸਨ ਤੋਂ ਮੰਗਦੇ ਹਾਂ ਵੀ ਜੋ ਇਸ ਨਾਲ ਧੱਕਾ ਹੋਇਆ ਇਸ ਪਰਿਵਾਰ ਨਾਲ ਉਸ ਨੂੰ ਇਹ ਜਲਦੀ ਸੋਲਵ ਕਰੇ ਅਤੇ ਇਹਨਾਂ ਨੂੰ ਨਿਆਂ ਦਵਾਇਆ ਜਾਵੇ। ਅਦਰਵਾਈਜ਼ ਨਾ ਨਿਆਂ ਨਾ ਮਿਲਿਆ ਤਾਂ ਮੈਂ ਅਗਰਵਾਲ ਸਭਾ ਪ੍ਰਧਾਨ ਦੇ ਉੱਤੇ ਦੇ ਤੌਰ ਦੇ ਉੱਤੇ ਇਹ ਕਰਦਾ ਵੀ ਸਾਡਾ ਸਾਰਾ ਸਮਾਜ ਇਸ ਪਰਿਵਾਰ ਦੇ ਲਈ ਖੜਾ ਹੋਊਗਾ। ਜੋ ਮੰਡੀ ਸਾਨੂੰ ਕੋਈ ਹੜਤਾਲ ਕਰਨੀ ਪਈ ਕੋਈ ਧਰਨਾ ਦੇਣਾ ਪਿਆ ਅਸੀਂ ਉਹ ਦੇਵਾਂਗੇ ਜੋ ਕੁਛ ਹੋਊਗਾ ਜੇ ਕੋਈ ਅਮਲ ਵੀ ਉਹਦੇ ਲਈ ਸਾਰਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਇਹ ਮੇਰੀ ਮਤਲਬ ਮੰਗ ਹੈ। ਸਰ ਇੱਕ ਤੁਹਾਡਾ ਵਰਜ਼ਨ ਲੈਣਾ ਸੀਗਾ ਜੀ ਮੈਂ ਸਰ ਜਿਹੜਾ ਉਹ ਮਤਲਬ ਫੋਰਿਆਂ ਵੱਲੋਂ ਮੁੰਡੇ ਦੀ ਮਤਲਬ ਮਾਰਕੁੱਟ ਜੀ ਹੋਈ ਸੀਗੀ ਉਹਦੇ ਬੇਸ ਤੇ ਮਤਲਬ ਉਹਨਾਂ ਦਾ ਮਤਲਬ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਹਨਾਂ ਨੇ ਆਪਦੇ ਘਰ ਬੁਲਾ ਕੇ ਪਰਸੋਂ ਜੀ ਨਹੀਂ ਪਰਚਾ ਤਾਂ ਹੋ ਗਿਆ ਜੀ ਮਤਲਬ ਉਹਦੇ ਵਿੱਚ ਧਾਰਾ ਹੋਰ ਕੋਈ ਇਜ਼ਾਫਾ ਹੋਇਆ ਧਾਰਾਂ ਦੇ ਵਿੱਚ ਜਿਹੜੀਆਂ ਧਾਰਾਂ ਲੱਗੀਆਂ ਵਿੱਚ SHO ਸਾਹਿਬ ਤਾਂ ਜੀ ਫਿਰ ਕੁਛ ਦੱਸ ਨਹੀਂ ਦੇ ਜੀ ਉਹਦੇ ਵਿੱਚ ਉਹ ਤਾਂ ਕਹਿੰਦੇ ਵੀ ਮੈਂ ਤਾਂ ਕਹਿ ਨਹੀਂ ਸਕਦਾ ਜੀ DSP ਸਾਹਿਬ ਹੀ ਦੱਸਣਗੇ ਫਿਰ ਉਹਦੇ ਨਾਲ ਚਲਾ ਜਾਣਾ ਜੀ ਸਾਡਾ ਅਸੀਂ ਤੁਹਾਨੂੰ ਸ਼ਾਇਦ ਕੱਲ੍ਹ ਵੀ ਕੰਟੈਕਟ ਕੀਤਾ ਸੀਗਾ ਉਦੋਂ ਤੁਸੀਂ ਬਾਹਰ ਸੀਗੇ ਅਤੇ ਉਹਦੇ ਵਿੱਚ ਜੇ ਅਸੀਂ ਤੁਹਾਡਾ ਸਰ ਵਰਜ਼ਨ ਨਹੀਂ ਵੀ ਪਾਉਂਦੇ ਫਿਰ ਉਹਦੇ 'ਚ ਵੀ ਦੇਖੋ ਮਤਲਬ ਇੱਕ ਤਰਫਾ ਹੋ ਜਾਂਦਾ ਕੰਮ ਅਸਾਂ ਤੁਹਾਡਾ ਵਰਜ਼ਨ ਨਾਲ ਇਹੀ ਪਾਉਣਾ ਚਾਹੁੰਦੇ ਨੇ ਵੀ ਜੋ ਵੀ ਉਹਦੇ 'ਚ ਬਸ ਬਣਦੀ ਕਾਰਵਾਈ ਹੈ ਜੋ ਵੀ ਤੁਸੀਂ ਉਹ 'ਚ ਦੱਸਣਾ ਇਹਦੇ 'ਚ ਬਣਦੀ ਕਾਰਵਾਈ ਆ ਭਾਰਾ ਲੱਗੀ ਹੈ ਜੋ ਵੀ ਹੋਣੀ ਆ ਬਸ ਉਹ ਤੁਸੀਂ ਕਲੀਅਰ ਕਰਨਾ ਜੀ ਉਹ ਮੈਂ ਸਰ ਮੈਂ ਵੀ ਸਰ ਉੱਥੇ ਹੀ ਜੀ ਧਰਨੇ ਦੇ ਵਿੱਚ ਹੀ ਹਾਂ ਜੀ ਮੈਂ ਵੀ ਨਹੀਂ ਹੁਣ ਮਤਲਬ ਜਿਵੇਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਾਏ ਆ ਵੀ ਮਤਲਬ ਉਹਨਾਂ ਦੇ ਜਿਹੜੇ ਕੋਲੇ ਬੰਦਿਆਂ ਨੇ ਮੁਲਾਜ਼ਮਾਂ ਨੇ ਫੜ ਕੇ ਕੰਮ ਕਰਾਇਆ ਗਾ ਉਹਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਜੀ ਸਰ ਠੀਕ ਹੈ ਜੀ ਅਤੇ ਹੁਣ ਜਿਹੜਾ ਇਹ ਧਾਰਾਂ ਦਾ ਬਾਰੇ ਮੈਨੂੰ ਹੁਣ ਤੁਹਾਨੂੰ ਮੈਂ ਕਿੰਨੀ ਦੇਰ 'ਤੇ ਬੈਕ ਕਾਲ ਕਰਾਂ ਜੀ ਜੇ ਮੈਨੂੰ ਪਤਾ ਲੱਗੇ ਠੀਕ ਹੈ ਸਰ ਠੀਕ ਹੈ।